ਜੇ ਤੁਹਾਨੂੰ ਵੀ ਕ੍ਰੇਲੇ ਫਰਾਈ ਕਰਨੇ ਮੁਸ਼ਕਿਲ ਲੱਗਦੇ ਆ ਤੇ ਤੁਹਾਡੇ ਕ੍ਰੇਲੇ ਕੋੜੇ ਬਣਦੇ ਆ ਅੱਜ ਤੋਂ ਬਾਅਦ ਤੁਹਾਡੇ ਕ੍ਰੇਲੇ ਨਾ ਕੋੜੇ ਬਣਨਗੇ ਨਾ ਤੁਹਾਨੂੰ ਕ੍ਰੇਲੇ ਫਰਾਈ ਕਰਨੇ ਪੈਣਗੇ ਤੇ ਵੱਡੇ ਤੇ ਕੀ ਬੱਚੇ ਵੀ ਇੰਨੇ ਸ਼ੌਕ ਨਾਲ ਤੁਹਾਡੇ ਪੱਕੇ ਹੋਏ ਕ੍ਰੇਲੇ ਖਾਣਗੇ ਕਿ ਉਹ ਪਲੇਟਾਂ ਵਿੱਚ ਛੱਟਣ ਤੇ ਮਜਬੂਰ ਹੋ ਜਾਣਗੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕ੍ਰੇਲੇ ਕੜਵੇ ਨਾ ਬਣਨ ਤੁਹਾਨੂੰ ਕ੍ਰੇਲੇ ਫਰਾਈ ਨਾ ਕਰਨੇ ਪੈਣ ਤੇ ਵੀਡੀਓ ਨੂੰ ਤੁਸੀਂ ਫੁੱਲ ਦੇਖਣਾ ਹੈ ਬਿਸਮਿਲ੍ਲਾਹਿ ਰਹਿਮਨ ਰਹਿੀਮ ਅਸਲਾਮੁਅਲੈਕਮ ਵਿਵਰਸ ਕੀ ਹਾਲ ਮੀਦੇ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਕਰਾਂਤ ਖੁਸ਼ ਰੱਖੇ ਬਖਸ਼ ਰ ਇਹ ਤੇ ਵੀਵਰਸ ਕ੍ਰੇਲਿਆਂ ਨੂੰ ਮੈਂ ਅੱਛੇ ਤਰੀਕੇ ਨਾਲ ਵਾਸ਼ ਕਰਕੇ ਕੱਟ ਲਿਆ ਉਹਨਾਂ ਦੇ ਬੀਜ ਕੱਢ ਦਿੱਤੇ ਤੇ ਇਹ ਮੇਰੇ ਕੋਲ 1 ਕਿਲੋ ਕ੍ਰੇਲੇ ਆ ਇੱਕ ਚਮਚ ਮੈਂ ਹਲਦੀ ਦਾ ਸ਼ਾਮਲ ਕਰ ਦਿੱਤਾ ਇਹਦੇ ਉੱਪਰ ਤੇ ਤਕਰੀਬਨ 1.5 ਚਮਚ ਮੈਂ ਇਹਨਾਂ ਨੂੰ ਨਮਕ ਤਾਂ ਲਾਵਾਂਗੀ ਨਮਕ ਤੁਸੀਂ ਜ਼ਿਆਦਾ ਨਹੀਂ ਲਾਣਾ ਨਹੀਂ ਤੇ ਕ੍ਰੇਲੇ ਬਾਅਦ ਵਿੱਚ ਤੁਹਾਡੇ ਕੜਵੇ ਬਨਣਗੇ ਨਮਕ ਦੀ ਕੜਵਾਹਟ ਹਟਾਏਗੀ ਕਿ ਨਮਕ ਤੇਜ਼ ਹੋ ਜਾਏਗਾ ਵੈਸੇ ਕ੍ਰੇਲੇ ਦੀ ਕੜਵਾਹਟ ਦੀ ਆਪਾਂ ਇਹਦੇ ਵਿੱਚ ਖਤਮ ਕਰ ਦੇਣੀ ਆ ਇਨਸ਼ਾਅੱਲਾਹ ਤਾਲਾ ਤੇ ਇਹ ਪਹਿਲਾ ਸੀਕਰਟ ਕarele ਇਹਨਾਂ ਦੀ ਕਰਵਾਹਟ ਖਤਮ ਕਰੰਦਾ ਦੋ ਚਮਚ ਲੇਮਨ ਦਾ ਜੂਸ ਇਹਨਾਂ ਦੇ ਉੱਪਰ ਪਾਵਾਂਗੇ ਤੇ ਇਹਨਾਂ ਨੂੰ ਤਕਰੀਬਨ ਅੱਧੇ ਘੰਟੇ ਲਈ ਜਾਂ 15 ਮਿੰਟ ਕੰਮ ਤੋਂ ਘੱਟਸ ਕੰਮ 15 ਮਿੰਟ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਅੱਧੇ ਘੰਟੇ ਵਾਸਤੇ ਇਹਨਾਂ ਨੂੰ ਇਸੇ ਤਰ੍ਹਾਂ ਮੈਰੀਨੇਟ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਰੱਖ ਦਿਓ ਅੱਛੇ ਤਰੀਕੇ ਨਾਲ ਮਿਕਸ ਕਰਨਾ ਹੈ ਤਾਂ ਕਿ ਜਿਹੜੀ ਹਲਦੀ ਤੇ ਨਮਕ ਤੇ ਨਾਲ ਜਿਹੜਾ ਨਿੰਬੂ ਦਾ ਰਸ ਉਹ ਅੱਛੇ ਤਰੀਕੇ ਨਾਲ ਹਰ Karele ਨੂੰ ਲੱਗ ਜਾਵੇ ਇਹ ਦੇਖੋ ਅੱਛੇ ਤਰੀਕੇ ਦੇ ਨਾਲ ਤੁਸੀਂ ਥੋੜਾ ਦਬਾ ਕੇ ਇਹਨੂੰ ਕਰੇਲਿਆਂ ਨੂੰ ਤੁਸੀਂ ਮਿਕਸ ਕਰਨਾ ਵੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਜੇ ਨਾਲ ਬੈਲ ਆਈਕਨ ਨੂੰ ਜ਼ਰੂਰ প্রেস ਕਰਿਆ ਜੇ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਜਿੱਤੇ ਇੱਥੇ 15 ਮਿੰਟ ਹੋ ਗਏ ਕਰੇਲਿਆਂ ਨੂੰ ਨਮਕ ਲਾ ਕੇ ਰੱਖਿਆ ਹੋਇਆ ਨਮਕ ਹਲਦੀ ਤੇ ਲੈਮਨ ਦਾ ਜੂਸ ਤੇ ਇਹ ਦੇਖੋ ਇਹਨਾਂ ਨੇ ਹੁਣ ਪਾਣੀ ਛੋੜਿਆ ਹੋਇਆ ਵਾ ਬਿਸਮਿਲਲਾਹਿ ਰਹਿਮਾਨਿਰ ਰਹੀਮ ਇਹਨੂੰ ਤੁਸੀਂ ਇਸ ਤਰ੍ਹਾਂ ਬਿਲਕੁਲ ਹੱਥਾਂ ਦੇ ਨਾਲ ਜ਼ੋਰ ਦੇ ਨਾਲ ਨਚੋੜ ਲੈਣਾ ਵਾ ਇਹਨਾਂ ਚ ਜਿਹੜਾ ਪਾਣੀ ਆ ਤੇ ਇਸ ਤਰ੍ਹਾਂ ਹੱਥਾਂ ਨਾਲ ਜਦੋਂ ਆਪਾਂ ਨਚੋੜੀਦਾ ਹੈ ਤੇ ਜ਼ੋਰ ਬਹੁਤ ਜ਼ਿਆਦਾ ਲੱਗਦਾ ਹੱਥਾਂ ਦਾ ਬਾਜੂ ਘਾਤ ਹੱਥ ਦਰਦ ਵੀ ਕਰਨ ਲੱਗ ਪੈਂਦੇ ਆ ਮੇਰੇ ਤੇ ਤੇ ਇਹ ਦੇਖੋ ਮੇਰੇ ਕੋਲ ਇਹ ਨਾ ਜੂਸਰ ਹੈ ਮੈਂ ਆਨਲਾਈਨ ਮੰਗਵਾਈ ਸੀ ਤੇ ਇਹ ਹੁਣ ਇਹ ਕੰਮ ਬੜਾ ਅੱਛਾ ਜ਼ਬਰਦਸਤ ਕਰਦੀ ਹੈ ਦੇਖੋ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਦਬਾ ਲਓ ਤੇ ਦਬਾਣ ਤੋਂ ਬਾਅਦ ਇਹਨਾਂ ਨੂੰ ਕੱਢ ਲਓ ਇਸ ਤਰ੍ਹਾਂ ਬਹੁਤ ਅੱਛੇ ਤਰੀਕੇ ਨਾਲ ਬਹੁਤ ਜਲਦੀ ਜੂਸ ਨਿਕਲ ਆਂਦਾ ਵਾ ਇਹ ਜ਼ਰਾ ਮਹਿੰਗੀ ਆਂਦੀ ਹੈ ਉਸ ਤਰ੍ਹਾਂ ਬਾਜ਼ਾਰੋਂ ਛੋਟੀ ਇਸ ਤੋਂ ਛੋਟੇ ਸਾਈਜ਼ ਦੀ ਸਟੀਲ ਦੀ ਵੀ ਮਿਲ ਜਾਂਦੀ 1100-1200 ਰੁਪਏ ਦੀ لیکن ساری عمر ਦਾ ਰੋਗ ਖਤਮ ਹੋ ਜਾਏਗਾ ਤੁਹਾਡਾ ਤੇ ਨਹੀਂ ਤੁਸੀਂ ਖਰੀਦ ਸਾਥ دیے ਤੁਸੀਂ ਹੱਥ ਦੇ ਨਾਲ ਕਰ ਲਓ ਮੈਂ ਕੋਈ ਪਬਲਿਸਿਟੀ ਨਹੀਂ ਕਰ ਰਹੀ ਐਸ ਮਸ਼ੀਨ ਦੀ ਲੇਕਿਨ ਇਹ ਵਾਕਈ ਇਹਦੇ ਨਾਲ ਨਾ ਜ਼ਰਾ ਆਸਾਨੀ ਪੈਦਾ ਹੋ ਗਈ ਹੈ ਦੇਖੋ ਮਾਸ਼ਾਅੱਲਾ ਸਾਰੇ ਕਰੇਲੇ ਮੈਂ ਨਚੋੜ ਲਏ ਅچھے ਤਰੀਕੇ ਨਾਲ ਕਰੇਲਿਆਂ ਦਾ ਕਲਰ ਦੇਖੋ ਕਿੰਨਾ ਜ਼ਬਰਦਸਤ ਹੈ ਤੇ ਇਹ ਦੇਖੋ ਕਿੰਨਾ ਪਾਣੀ ਨਿਕਲਿਆ ਜੇ ਆਪਾਂ ਹੱਥਾਂ ਨਾਲ ਨਚੋੜਦੇ ਨਾ ਤਾਂ ਇੰਨਾ ਜ਼ਿਆਦਾ ਪਾਣੀ ਨਹੀਂ ਸੀ ਨਿਕਲਣਾ ਕਿਉਂਕਿ ਆਪਾਂ ਕਿੰਨਾ ਕ ਨਿਚੋੜ ਲਾਂਗੇ ਹੱਦ ਦੇ ਨਾਲ ਇਹਨੂੰ ਜ਼ੋਰ ਨਾਲ ਦੇਖੋ ਕਿੰਨਾ ਪਾਣੀ ਇਹਨਾਂ ਦੇ ਵਿੱਚੋਂ ਨਿਕਲਿਆ ਸਾਰੀ ਕਰਵਾਹਟ ਨਿਕਲਈ ਹੈ ਇਸ ਤਰ੍ਹਾਂ ਵੀ ਕੱਚਾ ਕ੍ਰੇਲਾ ਮੈਂ ਖਾ ਕੇ ਦੇਖਿਆ ਤਾਂ ਬਹੁਤ ਹੀ ਮਜ਼ੇਦਾਰ ਲੱਗ ਰਿਹਾ ਸੀ ਬਿਲਕੁਲ ਨਹੀਂ ਲੱਗ ਰਿਹਾ ਕਿ ਕ੍ਰੇਲਾ ਚਲੋ ਹੁਣ ਚੱਲਦੇ ਆਂ ਆਪਾਂ ਇਹਨਾਂ ਨੂੰ ਪਕਾਉਣ ਵਾਸਤੇ ਬਿਸਮਿਲਲਾਹਿ ਰਹਿਮਾਨੀ ਰਹੀਮ ਤਕਰੀਬਨ ਅੱਧਾ ਕੱਪ ਮੈਂ ਲਿਆਵਾ ਕੁਕਿੰਗ ਆਇਲ ਦਾ ਅੱਧੇ ਤੋਂ ਪੌਣਾ ਕੱਪ ਆਪਣੀ ਮਰਜ਼ੀ ਨਾਲ ਤੁਸੀਂ ਲੈ ਲੈਣਾ ਅੱਧਾ ਚਮਚ ਜ਼ੀਰੇ ਦਾ ਪਾ ਦਿੱਤਾ ਹੈ ਅੱਧਾ ਚਮਚ ਸੌਫਤਾ ਪਾ ਦਿੱਤਾ ਹੈ ਸੌਫਨਾ ਬਹੁਤ ਹੀ ਲਾਜਵਾਬ ਟੇਸਟ ਆਂਦਾ ਤੇ 1/4 टीस्पून ਜਿਹੜਾ ਸੋਰੀ 1/4 ਟੇਬਲस्पून ਕਲਵੰਜੀ ਦਾ ਪਾਤਾ ਤੇ 1/4 ਟੇਬਲस्पून ਹੀ ਮੇਥਿਆਂ ਦਾ ਪਾ ਕੇ ਉਹਨਾਂ ਨੂੰ ਕੜਕਾ ਲਿਆ ਤੇ ਨਾਲ ਮੋਟੀ ਕੱਟੀ ਹੋਈ ਪਿਆਜ਼ ਸ਼ਾਮਿਲ ਕਰ ਦਿੱਤੀ। ਉਹਨਾਂ ਆਲੀ ਮੇਦੇ ਉੱਪਰ ਸਬਜ਼ ਮਿਰਚਾਂ ਕੱਟ ਦਿੱਤੀਆਂ ਵਾ ਕਿਉਂਕਿ ਸਬਜ਼ ਮਿਰਚਾਂ ਕਲੇਲੀਆਂ ਵਿੱਚ ਜਦੋਂ ਇਦਾਂ ਪਿਆਜ਼ ਦੇ ਨਾਲ ਫਰਾਈ ਹੋ ਜਾਂਦੇ ਤੇ ਬਹੁਤ ਜ਼ਬਰਦਸਤ ਛੇਜ਼ਤੀ ਨਹੀਂ ਆ ਵਾ ਤੁਸੀਂ ਚਾਹੋ ਤਾਂ ਇਹਨਾਂ ਨੂੰ ਲੰਬੀਆਂ ਕੱਟ ਕੇ ਵੀ ਪਾ ਸਕਦੇ ਹੋ। لیکن ਮੈਂ ਇਹਨਾਂ ਨੂੰ ਕੱਟ ਲਿਆ ਹੈ ਗੋਲ ਤੇ ਇਹ ਦੇਖੋ ਪਿਆਜ਼ ਤਕਰੀਬਨ ট্রান্সਪੇਰੈਂਟ ਹੋ ਗਿਆ ਹੈ ਹੁਣ ਇਹਦੇ ਵਿੱਚ ਮੈਂ ਲਸਣ ਦਾ ਪੇਸਟ ਪਾਇਆ ਸੀਗਾ ਉਥੋਂ ਪਾਰਟ ਜਿਹੜਾ ਰਿਕਾਰਡ ਨਹੀਂ ਹੋਇਆ ਵੀਡੀਓ ਦਾ ਲਸਣ ਦਾ ਪੇਸਟ ਪਾ ਕੇ ਤੇ ਕ੍ਰੇਲੇ ਸ਼ਾਮਿਲ ਕਰ ਦਿੱਤੇ ਸੀਗੇ ਹੋਰ ਕੋਈ ਚੀਜ਼ ਹਜੇ ਨਹੀਂ ਪਾਈ ਥੋੜੀ ਕੁ ਅਦਰਕ ਹੋਵੇ ਤਾਂ ਤੁਸੀਂ ਅਦਰਕ ਦਾ ਪੇਸਟ ਵੀ ਉਦੋਂ ਹੀ ਲਸਣ ਦੇ ਨਾਲ ਹੀ ਪਾ ਲੈਣਾ ਵਾ ਮੇਰੇ ਕੋਲ ਅਦਰਕ ਨਹੀਂ ਸੀ ਤੇ ਮੈਂ ਇਸ ਲਈ ਅਦਰਕ ਦਾ ਪਾਊਡਰ ਸ਼ਾਮਿਲ ਕਰ ਦਿੱਤਾ ਤਕਰੀਬਨ 1/4 ਟੇਬਲस्पून ਉਮੈ ਹੁਣ ਪਾਇਆ ਵਾ ਪਹਿਲੇ ਲਸਣ ਹੀ ਪਾਇਆ ਸੀ ਇਹ ਹੁਣ ਤੁਹਾਡੇ ਸਾਹਮਣੇ ਤੇ ਅੱਧਾ ਚਮਚ ਹਲਦੀ ਤਾਂ ਸ਼ਾਮਿਲ ਕਰ ਦਿੱਤਾ ਹੈ ਤੇ ਸੂਰਖ ਮਿਰਚ ਇੱਕ ਚਮਚ ਸ਼ਾਮਿਲ ਕਰ ਦਿੱਤੀ ਹੈ ਇੱਕ ਚਮਚ ਪੀਸਿਆ ਹੋਇਆ ਧਨੀਆ ਸੁੱਕਾ ਧਨੀਆ ਪੀਸਿਆ ਹੋਇਆ ਤੇ ਅੱਧਾ ਚਮਚ ਪੁਨੀਆ ਕੁੱਟਿਆ ਜੀਰਾ ਤੇ ਅੱਧਾ ਚਮਚ ਗਰਮ ਮਸਾਲਾ ਜਿਹੜਾ ਹੋਲ ਗਰਮ ਮਸਾਲਾ ਹੁੰਦਾ ਇਹ ਸਾਰਾ ਆਪਾਂ ਸ਼ਾਮਿਲ ਕਰ ਦਿੱਤਾ ਤੇ ਨਮਕ ਮੈਂ ਇਹਦੇ ਵਿੱਚ ਨਹੀਂ ਪਾਇਆ ਕਿਉਂਕਿ ਮੇਰੇ ਕ੍ਰੇਲਿਆਂ 'ਚ ਨਮਕ ਪੂਰਾ ਸੀ ਤੁਸੀਂ ਚੈੱਕ ਕਰ ਲਿਆ ਜੇ ਤੁਹਾਨੂੰ ਕ੍ਰੇਲਿਆਂ 'ਚ ਨਮਕ ਕਮ ਲੱਗੇ ਕਿਉਂਕਿ ਆਪਾਂ ਪਹਿਲੇ ਲਗਾਇਆ ਸੀ ਨਾ ਨਮਕ ਕਮ ਲੱਗੇ ਤੇ ਤੁਸੀਂ ਨਮਕ ਤੇ ਹੁਣ ਇਹਨਾਂ ਨੂੰ ਆਪਾਂ ਭੁੰਨਾਗੇ ਇਹਨਾਂ ਭੁੰਨਾਗੇ ਕਿ ਇਹਨਾਂ ਨੂੰ ਬਿਲਕੁਲ ਆਪਾਂ ਟਕਣਾ ਨਹੀਂਗਾ ਨੰਗੇ ਰੱਖ ਕੇ ਇਹਨਾਂ ਨੂੰ ਭੁੰਨਾਵਾ ਤੇ ਇਹਨਾਂ ਨੂੰ ਜ਼ਬਰਦਸਤ ਚਾ ਭੁੰਨ ਕੇ ਐਵੇਂ ਹੁਣ ਇਹਦੇ ਵਿੱਚ ਪਾ ਦਿੱਤਾ ਆਮਚੂਰ ਪਾਊਡਰ ਤਕਰੀਬਨ 1 ਚਮਚ ਤੇ 1 ਚਮਚ ਮੈਂ આમਚੂਰ ਪਾਊਡਰ ਪਾਇਆ ਤੇ 1 ਚਮਚ ਮੈਂ ਦੋ ਚੀ ਦਾਣ ਪਾਈਆਂ ਨਾ ਉਹ ਮੈਂ ਪਾਇਆ ਸੀਗਾ ਇਹਦੇ ਵਿੱਚ ਜਿਹੜੀ ਸੌਂਫ ਹੁੰਦੀ ਆ ਉਹਨੂੰ ਮੈਂ ਡਰਾਈ ਰੋਸਟ ਕਰਕੇ ਕੁੱਟ ਲਿਆ ਸੀ ਉਹਦਾ ਬਹੁਤ ਹੀ ਜ਼ਬਰਦਸਤ ਟੇਸਟ ਆਂਦਾ ਤੇ ਤਕਰੀਬਨ ਉਹਨਾਂ ਨੂੰ 2 ਮਿੰਟ ਭੁੰਨ ਲਿਆ ਦੋਨਾਂ ਚੀਜ਼ਾਂ ਨੂੰ ਤੇ ਉਸ ਤੋਂ ਬਾਅਦ 1 ਕੱਪ ਮੈਂ ਦੁੱਧ ਦਾ ਸ਼ਾਮਿਲ ਕਰ ਦਿੱਤਾ ਉਬਲਿਆ ਹੋਇਆ ਦੁੱਧ ਸ਼ਾਮਿਲ ਕੀਤਾ ਤੁਹਾਡੇ ਕੋਲ ਕੱਚਾ ਹੋਵੇ ਤਾਂ ਤੁਸੀਂ ਕੱਚਾ ਵੀ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਆ ਕarele ਦੀ ਕਰਵਾਹਟ ਬਿਲਕੁਲ ਖਤਮ ਹੋ ਜਾਂਦੀ ਹੈ ਤਾਂ ਦੇਖੋ ਮਾਸ਼ਾਅੱਲਾ ਜਦੋਂ ਦੁੱਧ ਬਿਲਕੁਲ ਸੁੱਕ ਹੋ ਜਵੇ ਤੇ ਆਇਲ ਛੋੜ ਦੇਣ ਕarele ਤੇ ਤੁਸੀਂ ਸਮਝ ਲਓ ਕਿ ਤੁਹਾਡੀ ਸਬਜ਼ੀ ਤਿਆਰ ਆ ਮਾਸ਼ਾਅੱਲਾ ਜ਼ਬਰਦਸਤ ਈ ਸਬਜ਼ੀ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਲਾਜਵਾਬ ਬਣੀ ਆ ਤੁਸੀਂ ਜ਼ਰੂਰ ਇਨ ਟ੍ਰਾਈ ਕਰਿਆ ਜੇ ਤੇ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੇ ਕਿ ਤੁਹਾਡੀ ਰੈਸিপি ਕਿਸ ਤਰ੍ਹਾਂ ਦੀ ਬਣੀ ਇਹਦੇ ਨਾਲ ਟਾਈਮ ਵੀ ਕਾਫੀ ਬਚ ਜਾਂਦਾ ਹੈ ਕਿ ਜਿੰਨਾ ਟਾਈਮ ਆਪਾਂ ਕ੍ਰੇਲੇ ਫਰਾਈ ਕਰਨ ਤੇ ਲਾਣਾ ਤੇ ਜ਼ਬਰਦਸਤ ਈ ਆਪਣਾ ਤਿਆਰ ਹੋ ਜਾਂਦਾ ਤੁਸੀਂ ਇਹਨੂੰ ਇਹ ਖਿਆਲ ਰੱਖਣਾ ਵਾ ਕਿ ਚੀਜ਼ਾਂ ਜਦੋਂ ਬਾਕੀ ਦੇ ਮਸਾਲੇ ਪਾਣੀ ਆ ਕ੍ਰੇਲੇ ਜਦੋਂ ਸਾਰਾ ਪਾਣੀ ਕ੍ਰੇਲੇ ਦਾ ਖੁਸ਼ਕ ਹੋਏਗਾ ਉਦੋਂ ਤੁਸੀਂ ਬਾਕੀ ਦੇ ਮਸਾਲੇ ਸ਼ਾਮਿਲ ਕਰਨੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਨੈਕਸਟ ਵੀਡੀਓਜ਼ ਉਦੋਂ ਤੱਕ ਲਈ ਅੱਲਾ ਹਾਫਿਜ਼